ਹਾਂਜੀ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ। ਉਮੀਦ ਕਰਦੇ ਹਾਂ ਸਾਰੇ ਵਧੀਆ ਹੋਣਗੇ ਜੀ। ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅਤੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਲੈ ਕੇ ਆਏ ਹਾਂ ਇੱਕ ਨਵੀਂ ਚੀਜ਼। ਨਵੀਂ ਚੀਜ਼ ਐਵੇਂ ਹੈ ਵੀ ਆਪਣਾ ਤਰਨ ਢਿੱਲੋਂ ਜਿਹਨੇ ਕਿ ਹੁਣ ਅਮਰੀਕਾ ਚਲੇ ਜਾਣਾ ਥੋੜ੍ਹੇ ਕੁਛ ਸਮੇਂ ਦੇ ਵਿੱਚ, ਹੈਂ ਸਾਨੂੰ ਛੁਟਕਾਰਾ ਪਾ ਦੇਣਾ ਇਹ ਬੰਦੇ ਨੇ। ਇਹਨਾਂ ਬੰਦਿਆਂ ਨੇ ਲੈ ਲਿਆ ਇਹ ਨਵਾਂ ਸੁਪਰ ਸੀਡਰ। ਸੁਪਰ ਸੀਡਰ ਬਾਰੇ ਅੱਜ ਆਪਾਂ ਗੱਲਾਂ ਬਾਤਾਂ ਕਰਾਂਗੇ, ਕਿਆ ਚੀਜ਼ ਹੈ, ਕਿੰਨੀ ਕੀਮਤ ਹੈ ਇਹਦੀ, ਕਿੱਥੋਂ ਲੱਤਾ, ਕਿਹੜੀ ਕੰਪਨੀ ਦਾ ਹੈ, ਉਰੇ ਤੱਕ ਲਿਆਉਣ ਦਾ ਕਿੰਨਾ ਖਰਚਾ ਹੋਇਆ, ਉਹ ਸਾਰੀਆਂ ਗੱਲਾਂ ਬਾਤਾਂ ਆਪਾਂ ਹੁਣ ਇਹਨਾਂ ਨਾਲ ਅੱਜ ਕਰਾਂਗੇ ਤਰਨੇ ਨਾਲ। ਉਰੇ ਤੱਕ ਲਾ ਲਿਆ, ਅੱਜ ਤੱਕ ਲਾ ਲਿਆ, ਰਾਤ ਲੈ ਕੇ ਆਏ ਹਾਂ ਇਹ ਅਤੇ ਰਾਤ ਅਸੀਂ ਥੋੜ੍ਹਾ ਜਿਹਾ ਲੇਟ ਆਇਆ 12 ਵਜੇ, ਉਹ ਟਾਈਮ ਅਸੀਂ ਇਕੱਠੇ ਨਹੀਂ ਹੋ ਸਕੇ, ਨਹੀਂ ਅਸੀਂ ਰਾਤ ਹੀ ਬਣਾਉਣਾ ਤਾ। ਅਤੇ ਅੱਜ ਦੀ ਵੀਡੀਓ ਦੇ ਵਿੱਚ ਸਾਡੇ ਨਾਲ ਨੇ ਪਰਮਵੀਰ ਸਿੰਘ ਬਾਗੜੀ, ਜਿੰਮ ਵਾਲੇ, ਥੋੜ੍ਹਾ ਜਿੱਦਣ ਦਾ ਜਿੰਮ ਲਾਉਣ ਲੱਗ ਗਿਆ ਲੀਸਾ ਜਿਹਾ ਹੋ ਗਿਆ, ਇੱਧਰ ਤਰਨਾ ਢਿੱਲੋਂ, ਇਹ ਪੂਰਾ ਖੁਸ਼ ਹੈ, ਹੈਂ ਐਨ ਇੱਧਰ ਪੂਰਾ ਖੁਸ਼ ਹੈ ਇਹਦੀ। ਦਰਅਸਲ ਰਾਤ ਨੂੰ 12-1 ਵਜੇ ਸੌਣਾ, ਤੜਕੇ ਨੂੰ 4 ਵਜੇ ਉੱਠ ਕੇ ਜਿੰਮ, ਜਿੰਮ ਦੇ ਚੱਕਰ ਚ ਨਹੀਂ ਅੱਧਾ ਉਹ ਹੋਇਆ। ਦੇਖ ਜਿੰਨਾ ਜਿੰਮ ਜ਼ਰੂਰੀ ਹੈ ਨਾ ਉੱਨੀ ਉਹ ਜ਼ਰੂਰੀ ਨੀਂਦ ਹੈ, ਘੱਟੋ ਘੱਟ 6 ਘੰਟੇ ਨੀਂਦ ਦੇ ਚਾਹੀਦੇ ਆ, ਮੰਨਦਾ ਤਾਂ ਨਾ ਤੁਹਾਨੂੰ। ਬਾਕੀ ਅਸੀਂ ਇਹਦੇ ਬਾਅਦ ਦੇਖਣ ਲਾ, ਪਹਿਲਾਂ ਅਸੀਂ ਕਿਹਾ ਚੱਲ ਸੁਪਰ ਸੀਡਰ ਦੇਖ ਲੈਂਦੇ, ਉਹਦੇ ਬਾਅਦ ਅਸੀਂ ਜਾਣਾ ਮਰਿੰਡੇ। ਦਰਅਸਲ ਆਪਾਂ ਜਿਹੜਾ PGI ਨੂੰ ਲੰਗਰ ਲੈ ਕੇ ਜਾਂਦੇ ਉਹਦੇ ਵਾਸਤੇ ਅਸੀਂ ਉਹ ਬਣਾਉਣੀਆਂ ਨੇ ਜਿਹੜੀਆਂ ਉਹ ਹਾਈਲਾਈਟਰ ਜਿਹੜੀਆਂ ਜੈਕਟਾਂ ਨਹੀਂ ਹੁੰਦੀਆਂ ਉਹ, ਹੁਣ ਪਹਿਲਾਂ ਸਾਡੇ ਕੋਲ ਟੀ ਸ਼ਰਟਾਂ ਸੀਗੀਆਂ, ਹੁਣ ਅੱਗੇ ਆ ਗਈਆਂ ਠੰਡ, ਠੰਡ ਵਿੱਚ ਟੀ ਸ਼ਰਟਾਂ ਪੈਣੀਆਂ ਨਹੀਂ। ਫਿਰ ਹੁਣ ਅਸੀਂ ਸਾਰਿਆਂ ਨੇ ਸਲਾਹ ਕਰੀ ਹੈ ਵੀ ਆਪਾਂ ਅੱਜ ਉਹ ਪਤਾ ਕਰਕੇ ਆਉਂਦੇ ਹਾਂ ਸਪੋਰਟਸ ਵਾਲਿਆਂ ਤੋਂ ਜਿਹੜੀਆਂ ਉਹ ਹੁੰਦੀਆਂ ਨੇ, ਕਿਆ ਕਹਿੰਦੇ ਨੇ। ਹੁਣ ਆਪਾਂ ਗੱਲ ਕਰਦੇ ਹਾਂ ਸੁਪਰ ਸੀਡਰ ਬਾਰੇ। ਦੇਖੋ ਤਰਨੇ ਨਾਲ ਲੈ ਕੇ ਆਉਂਦਾ ਇਹ ਸੁਪਰ ਸੀਡਰ, ਇਹ ਤੁਸੀਂ ਸਾਰਾ ਇਸ ਟਾਈਮ ਦੇਖ ਸਕਦੇ ਹਾਂ ਵੀ ਪਿੱਛੇ ਫਾਰਮ ਟਰੈਕ 60 ਦੇ ਮਗਰ ਸੁਪਰ ਸੀਡਰ ਪਾਇਆ ਵਾ। ਇੱਕ ਬੜੀ ਕਾਮਨ ਜੀ ਗੱਲ ਹੈ ਸਾਰਿਆਂ ਬਾਰੇ, ਅਤੇ ਇੱਕ ਮਿੰਟ ਮਾੜਾ ਜਿਹਾ ਹੋ ਰਿਹਾ ਜੀ, ਫੋਨ ਫੜੀ ਕਾ ਕੇ ਮਾੜਾ ਜਿਹਾ ਬੰਦਾ ਫੋਨ ਫੜੀ। ਇਹ ਇੱਕ ਸਾਰਿਆਂ ਦੀ ਜਿਹੜੀ ਸੁਪਰ ਸੀਡਰ, ਜਦ ਵੀ ਬੰਦਾ ਸੁਪਰ ਸੀਡਰ ਲੈ ਕੇ ਆਉਂਦਾ ਨਾ ਸਾਰਿਆਂ ਵਾਸਤੇ ਇੱਕ ਕਾਮਨ ਜੀ ਗੱਲ ਹੈ ਵੀ ਇਹਦਾ ਹੈਗਾ ਵੇਟ ਜਿਹੜਾ ਬਹੁਤ ਜ਼ਿਆਦਾ, ਬਿਨਾਂ ਵਿੱਚ ਕੁਛ ਪਾਏ ਤਾਂ ਇਹ ਘੱਟੋ ਘੱਟ 6-7 ਕੁਇੰਟਲ ਦਾ, 8 ਕੁਇੰਟਲ ਦਾ ਇਹ, ਬਿਨਾਂ ਵਿੱਚ ਬੀਜ ਯਾਰ DAP ਪਾਏ ਤੋਂ ਬਿਨਾਂ। ਜਦ ਇਹਦੇ ਵਿੱਚ ਆਪਾਂ ਨੇ ਕੁਇੰਟਲ DAP ਪਾ ਤਾ, 2 ਥੈਲੇ DAP ਦੇ ਪੈ ਜਾਂਦੇ ਆ, 50 ਕਿਲੋ ਕਣਕ ਪਾ ਦਿੱਤੀ, ਬੀਜ ਪਾ ਤਾ, ਤਾਂ 1.5 ਕਿਲੋ ਜਿਹੜਾ 1.5 ਕੁਇੰਟਲ ਆ ਹੋਰ ਜੁੜ ਜਾਂਦਾ ਵਿੱਚ ਇਹਦੇ, ਅਤੇ ਘੱਟੋ ਘੱਟ ਵੀ ਇਹ 10 ਕੁਇੰਟਲ ਦੇ ਕਰੀਬ ਇਹਦਾ ਵਜ਼ਨ ਚਲੇ ਜਾਂਦਾ। ਜਦ 10 ਕੁਇੰਟਲ ਵਜ਼ਨ ਆਪਾਂ ਇਹਨੂੰ ਡਰਾਈਵਰ 'ਤੇ ਛੱਡਦੇ ਹਾਂ ਤਾਂ ਜਿਹੜਾ ਟਰੈਕਟਰ ਹੈ ਮੂਹਰੇ 'ਤੇ ਖੜ੍ਹਾ ਹੋਣ ਲੱਗ ਜਾਂਦਾ ਹੈ। ਮੈਂ ਮਾੜਾ ਜਿਹਾ ਦਿਖਾਊਂਗਾ ਵੀ ਇਹਦੇ ਵਿੱਚ ਆਪਾਂ ਨੂੰ ਇੱਕ ਫਾਇਦਾ ਮਿਲ ਗਿਆ ਵੀ ਜਿਹੜੇ 1016 ਦੇ ਟਾਇਰ ਪਵਾਏ ਤੇ ਨਾ ਆਪਾਂ, ਆਪਾਂ ਨੇ ਬੰਪਰ ਵੀ ਬੜਾ ਲਵਾਇਆ ਸੀਗਾ ਉਹਦੇ ਕਰਕੇ, ਥੋੜ੍ਹਾ ਹੈਵੀ ਵੇਟ ਵਾਲਾ ਉਹਦੇ ਨਾਲ ਨਾ, ਹੁਣ ਦੇਖੋ ਇਸ ਟਾਈਮ ਜਿਹੜਾ ਆਪਾਂ ਨੇ ਡਰਾਈਵਰ 'ਤੇ ਛੱਡਿਆ ਬਾਈ, ਘੱਟੋ ਘੱਟ 1 ਫੁੱਟ ਉੱਚਾ ਧਰਤੀ 'ਤੇ, ਅਤੇ ਟਰੈਕਟਰ ਨੂੰ ਕੋਈ ਫਰਕ ਨਹੀਂ ਹੈਗਾ, ਕੋਈ ਫਰਕ ਨਹੀਂ, ਐਨ ਟਾਇਰ ਥੱਲੇ ਲੱਗਿਆ ਵਾ, ਕੋਈ ਉੱਪਰ ਨਹੀਂ ਲੱਗਾ, ਪੂਰਾ ਐਨ ਥੱਲੇ ਆ, ਕੋਈ ਇਹਦਾ ਕੋਈ ਫਰਕ ਨਹੀਂ ਹੈਗਾ। ਇਹ ਚੀਜ਼ ਮਤਲਬ ਕਿ 1016 ਦੇ ਟਾਇਰ ਦੇ ਵਿੱਚ ਇਹ ਚੀਜ਼ ਦਾ ਸਾਨੂੰ ਬੈਨੀਫਿਟ ਮਿਲਿਆ, ਤੇ ਬੰਪਰ ਬੜੇ ਕਰਾਏ ਦਾ, ਬੰਪਰ ਬੜੇ ਕਰਾਏ ਦਾ ਵੀ ਮੂਹਰੇ ਵੇਟ ਹੈ ਤਾਂ ਆਪਾਂ ਨੂੰ ਕੋਈ ਵੇਟ ਜਮਾ ਵੀ ਰੱਖਿਆ, ਸਿੰਪਲ ਲੈਟਰ ਆਉਂਦਾ ਹੈ, ਟੀ-ਸ਼ਰਟ ਨਾਲ ਲੱਤਾਂ ਉਹਨਾਂ ਨੇ ਬਜਰੀ ਪਾਈ ਹੈ, ਇਹਦੇ ਕੁਝ ਨਹੀਂ ਕਰਨਾ ਪਿਆ, ਇਹਨੂੰ ਆਪਾਂ ਨੂੰ ਕੋਈ ਚੀਜ਼ ਕਰਨ ਦੀ ਲੋੜ ਨਹੀਂ ਕਰਿਆ। ਤੇ ਸਾਡੀ ਵੀਡੀਓ ਦੇ ਵਿੱਚ ਇੱਕ ਬੰਦਾ ਸਾਡਾ ਹੋਰ ਜੁੜ ਗਿਆ, ਹੋਰ ਨਵਾਂ ਬੰਦਾ ਜੁੜਿਆ, ਇਹ ਦੇਖੋ ਇਹ ਬੰਦੇ ਤੋਂ ਅਸੀਂ ਜਾਣਕਾਰੀ ਮੰਗਾਂਗੇ ਕਿ ਆਪਣੇ ਕੁਝ ਦੱਸੋ, ਸਾਡੀ ਵੀਡੀਓ ਦੇ ਵਿੱਚ ਗੋਤੀ ਇਕੱਠੀ ਹੋਈ ਜਾਂਦੀ, ਬੈਂਸ ਬਾਗੜੀ ਗੁਰਵਾਜ ਐਗਰੀਕਲਚਰ ਵਰਕਰ, ਇਹਦਾ ਅਸੀਂ ਮੇਲੇਪੁਰ ਗਏ ਤੇ ਇਹਨਾਂ ਦੀ ਸਟਾਲ ਚ ਵੀ ਗਏ ਤੇ ਉੱਥੇ ਗੁਰਵਾਜ ਵਾਲਿਆਂ ਦੀ, ਤੇ ਇਹ ਕਿੰਨਾ 8 ਫੁੱਟ ਹੈ, 7 ਗੁਰਵਾਜ ਵਾਲਿਆਂ ਦਾ ਬਣਿਆ ਵਾ ਏ, ਤੇ ਆਪਾਂ ਇਹਨੂੰ ਪੂਰਾ ਬਰੀਕੀ ਨਾਲ ਦੇਖਦੇ ਆ ਵੀ ਐਨ ਜਿਹੜੀਆਂ ਆਹ ਪਿੱਛੇ ਘੱਟੋ ਘੱਟ ਆਹੀ 4 ਕੁਇੰਟਲ ਦਾ ਜਿਹੜਾ ਇਹਦਾ ਰੂਲਾ ਜਿਹਾ ਲੱਗਿਆ ਵਾ ਨਾ ਇਸ ਟਾਈਮ ਪਿੱਛੇ, ਇਹ ਜਿਹੜਾ ਰੂਲਾ ਜਿਹਾ ਨਾ ਇਹੀ ਘੱਟੋ ਘੱਟ 4 ਕੁਇੰਟਲ ਦਾ, ਇਹ ਪੂਰਾ ਪ੍ਰੈਸ ਕਰਦਾ ਹੈ ਨਾ ਫੂਸ ਨੂੰ, ਜਿਹਨਾਂ ਨੂੰ ਤਾਂ ਪਤਾ ਵੀ ਸੁਪਰ ਸੀਡਰ ਦਾ ਕੰਮ ਕਿਹਾ ਉਹ ਤਾਂ ਚਲੋ ਸਹੀ ਗੱਲ ਹੈ, ਜਿਹਨਾਂ ਨੂੰ ਨਹੀਂ ਪਤਾ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹੈ ਵੀ ਜਿਵੇਂ ਆਪਣੇ ਹੁਣ ਸਰਕਾਰਾਂ ਨੇ ਜੀਰੀ ਨੂੰ ਅੱਗ ਲਾਉਣੀ ਕਰਤੀ ਬੰਦ, ਅੱਗ ਲਾਉਣੀ ਕਰੀ ਵੀ ਹੈ ਬੰਦ, ਅਤੇ ਬਾਕੀ ਉਹਦੇ ਕਰਕੇ ਨਾ ਹੁਣ ਜਿਹੜਾ ਜੀਰੀ ਦਾ ਫੂਸ ਹੁੰਦਾ ਹੈ ਉਹ ਸਾਰਾ ਵਿੱਚੇ ਘਾਲਾ ਮਾਲਾ ਕਰਨਾ ਜੇ ਉਹਦਾ, ਉਹਦੇ ਵਾਸਤੇ ਇਹ ਹੁਣ ਇੱਕ ਨਵਾਂ ਸੰਦ ਤਿਆਰ ਕਰਿਆ ਸੁਪਰ ਸੀਡਰ। ਪਿਛਲੇ ਸਾਲ ਵਧੀਆ ਚੱਲਿਆ, ਕਣਕ ਦੀ ਬਿਜਾਈ ਵੀ ਪੂਰੀ ਵਧੀਆ ਹੋਈ ਹੈ,
ਤੇ ਬਾਕੀ ਇਸ ਵਾਰ ਆਪਣੇ ਪਿੰਡ ਵੀ ਦੋ ਤਿੰਨ ਆ ਗਏ ਆ, ਹੋ ਸਕਦਾ ਇੱਕ ਅੱਧਾ ਹੋਰ ਆਵੇ। ਤੇ ਇਹਦੀ ਅੱਗੇ ਤੋਂ ਬਣਤਰ ਕੁਛ ਇਹ ਚੀਜ਼ ਦੀ ਹੈ, ਅੱਗੇ ਇਹਦੇ ਹੈਗਾ DAP ਵਾਲਾ। ਮੈਂ ਇੱਕ ਮਿੰਟ ਤੁਹਾਨੂੰ ਉੱਪਰ ਚੜ ਕੇ ਦਿਖਾਉਣਾ, ਲੌਕ ਜੇ ਵੀ ਲੱਗ ਜਾਂਦੇ ਆ ਇਹਨੂੰ। ਆ ਲੌਕ ਖੋਲੀ ਪਰਲਾ ਮਾੜਾ ਜਿਹਾ ਉੱਧਰ ਵਾਲਾ, ਸਮਾਨ ਵੀ ਮਿਲੇ ਚੱਕ ਹੋਰ ਤਾਂ ਨੀ ਲੌਕ ਹੈਗਾ ਕੋਈ, ਉੱਪਰ ਖੜਦਾ ਇੱਕ ਮਿੰਟ। ਲਓ ਜੀ, ਵਿੱਚ ਜਿਹੜੀ ਕਪੈਸਿਟੀ ਆ ਉਹ ਇਸ ਟਾਈਮ ਇੰਨੀ ਕਿ ਹੈ ਵੀ ਉਹਨੇ ਸਾਨੂੰ ਦੱਸਿਆ ਵੀ ਦੋ ਥੈਲੇ ਯਾਰ ਪੈ ਜੂੰਗੇ ਇਹਦੇ 'ਚ। ਦੋ ਥੈਲੇ DAP ਦੇ ਪੈਂਦੇ ਆ, ਕਣਕ ਤੁਸੀਂ ਆਪਣੀ ਖੇਤ ਅਨੁਸਾਰ ਕਿੰਨੀ ਪਾ ਸਕਦੇ, ਕਿੰਨਾ ਏਰੀਆ ਬੀਜਣਾ ਹੈ। ਇਹ ਤਾਂ ਉਹ ਹੈ, ਇਹ ਤਾਂ ਉਹ ਹੈ ਤਰਨੇ ਜਿਹੜਾ ਲਾਗਾਂ ਪਰ ਲੱਗਿਆ ਵਾ ਹੁੰਦਾ ਜਗਾੜ ਜਾ, ਇੱਧਰ ਉਰੇ ਖੜਨ ਨੂੰ ਸਟੈਂਡ ਹੈ ਇਹ। ਅੱਛਾ, ਜੇ ਮੂਹਰੇ ਨੱਟ ਲਾ ਕੇ ਖੜਾਉਣੇ ਆ ਸਟੈਂਡ। ਤੇ ਬਾਕੀ ਇੱਕ ਇਹਦੇ ਵਿੱਚ ਹੋਰ ਥੋੜੀ ਜਿਹੀ ਪ੍ਰੋਬਲਮ ਆਈ ਆ ਸਾਨੂੰ ਵੀ, ਜਿਨ੍ਹਾਂ ਨੇ ਬੜਾ ਟਰੈਕਟਰ ਦੇ ਪਿੱਛੇ ਬੜਾ ਬਕਸਾ ਲਵਾਇਆ ਵਾ, ਇਹ ਹੁਣ ਜੇ ਆਪਾਂ ਲਿਫਟ ਜ਼ਿਆਦਾ ਚੱਕਦੇ ਹਾਂ ਨਾ ਤਾਂ ਜਿਹੜੀ ਆਹ ਚੀਜ਼ ਹੈ ਬਕਸੇ ਨਾਲ ਵੱਜਦੀ। ਹੁਣ ਅਸੀਂ ਬਚਾ ਲਿਆ, ਉਹ ਥੋੜਾ ਜਿਹਾ ਬੱਜਿਆ ਵੀ ਆ ਉੱਧਰ, ਵੈਸੇ ਇਕੱਠਾ ਜਿਹਾ ਤਾਂ ਕਰਤਾ ਸੁਪਰ ਸੀਡਰ, ਬਕਸਾ ਟੁੱਟਣ ਤੇ ਬਚ ਗਿਆ ਸਾਡਾ, ਕਿਉਂਕਿ ਇਹਦੀ ਜਿਹੜੀ ਲਿਫਟ ਹੈ ਵੱਧ ਇੰਨੀ ਕੁ ਚੱਕੀ ਜਾਣੀ ਹੈ। ਮਾੜਾ ਮੋਟਾ ਟਰੈਕਟਰ ਖੜਾ ਹੁੰਦਾ ਹੈ ਤਾਂ ਥੋੜ੍ਹਾ ਬਹੁਤ ਇੰਨਾ ਕੁ ਆਪਾਂ ਨੂੰ ਫੈਸਲਾ ਰੱਖਣਾ ਪੈਣਾ। ਨਹੀਂ ਇਹ ਇਹਦਾ ਟੈਂਕ ਹੈ ਨਾ DAP ਵਾਲਾ, ਉਹ ਬਕਸੇ ਨਾਲ ਵੱਜਦਾ। ਜਿਨ੍ਹਾਂ ਨੇ ਟਰੈਕਟਰਾਂ ਦੇ ਪਿੱਛੇ ਬਕਸੇ ਲਵਾਏ ਵੀ ਉਹਨਾਂ ਨੂੰ ਇਹ ਪ੍ਰੋਬਲਮ ਆ ਸਕਦੀ ਹੈ। ਅਤੇ ਬਾਕੀ ਸਾਰਾ ਮਤਲਬ ਕਿ ਇਹਦਾ ਜਿਹੜਾ ਅੱਗੇ ਦਾ ਪ੍ਰੋਸੈਸ ਹੈ ਇਸ ਟਾਈਮ ਤੁਸੀਂ ਅੱਗੇ ਦੇਖ ਸਕਦੇ ਹੋ, ਕੋਈ ਬਿਲਕੁਲ ਆਪਣਾ ਇਹਦੇ ਵਾਲੀਆਂ ਲੱਗੀਆਂ ਹੋਈਆਂ ਨੇ, ਰੂਟਾਵੀਟਰ ਵਾਲੀਆਂ ਪੱਤੀਆਂ ਲੱਗੀਆਂ ਹੋਈਆਂ ਨੇ ਇਹਨੂੰ। ਰੂਟਾਵੀਟਰ ਵਾਲੀਆਂ ਪੱਤੀਆਂ ਤੋਂ ਬਾਅਦ ਪਿੱਛੇ ਉਹ ਤੁਸੀਂ ਦੇਖ ਸਕਦੇ ਹੋ ਨਾ, ਉਹ ਪਿੱਛੇ ਗੋਲ ਜਿਹਾ ਆ ਗਿਆ, ਉਹਦਾ ਗੋਲ ਜਿਹਾ ਉਹ ਫਿਰ ਰੂਲਾ ਆ ਗਿਆ, ਉਹਦਾ ਵੀ ਘੱਟੋ ਘੱਟ 2 ਕੁਇੰਟਲ ਵਜਨ ਆ, ਉਰੇ ਰੂਲਾ ਆ ਗਿਆ ਆ ਜਗ੍ਹਾ 'ਤੇ। ਉਹਦੇ ਬਾਅਦ ਪਿੱਛੇ ਆ ਬੜੀਆਂ ਤਵੀਆਂ ਆ ਗਈਆਂ ਨੇ, ਉਹ ਰੂਟਾਵੀਟਰ ਪ੍ਰੈਸ ਮਤਲਬ ਪੀਣ ਤੋਂ ਬਾਅਦ ਆ ਜਿਹੜਾ ਇੱਕ ਰੂਲਾ ਆ ਲੱਗਿਆ ਵਾ ਇਸ ਟਾਈਮ, ਆਹ ਰੂਲਾ ਲੱਗਿਆ ਵਾ 2 ਕੁਇੰਟਲ ਦਾ, ਆਹ ਰੂਲਾ ਖੇਤ ਨੂੰ ਕੈੜਾ ਕਰ ਦਿੰਦਾ। ਫਿਰ ਆ ਜਿਹੜੀਆਂ ਪੱਤੀਆਂ ਨੇ ਇਹ, ਉਹਦੇ ਬਾਅਦ ਆਹ ਜਿਹੜੀਆਂ ਪੱਤੀਆਂ ਨੇ, ਪੱਤੀਆਂ ਆ ਸੁਰਾਖ ਜਿਹਾ ਕੱਢਦੀਆਂ ਨੇ ਹੈ ਨਾ ਵਿੱਚ, ਉਹਦੇ ਵਿੱਚ ਜਿਵੇਂ 0 ਡਰਿੱਲ ਨੂੰ ਆਉਂਦੀ ਹੈ ਉਹ ਲੱਗੀ ਵੀ ਉਹਦੇ ਵਿੱਚ, ਫਿਰ DAP ਕਣਕ ਗਿੜਦੀ ਹੈ। ਉਹਦੇ ਬਾਅਦ ਪਿੱਛੇ ਫਿਰ ਆ ਸੁਹਾਗੇ ਦਾ ਕੰਮ ਕਰਦੀ ਹੈ ਜਿਹੜਾ ਪਿੱਛੇ ਪਿੱਛੇ ਰੂਲਾ ਲੱਗਿਆ ਵਾ। ਤੇ ਆਹ ਆਪਣਾ ਇੱਧਰ ਪਿਆ ਇਹ ਐਕਸਲ, ਇਸ ਟਾਈਮ ਆਹ ਐਕਸਲ ਹੈ, ਇਹ ਮਿਲਿਆ ਗਰਵਾਜ ਵਾਲਾ। ਜਿਹੜੀ ਇਹਦੀ ਕੀਮਤ ਤਰਨ, ਤੈਨੂੰ ਕੀਮਤ ਪਤਾ ਇਹਦੀ ਕਿੰਨੀ ਹੈ? ₹2 ਲੱਖ ਦੇ ਬਾਹਰ ਹੈ ਗੁਰਵਾਜ ਸੁਪਰ ਸੀਡਰ, ਆਲ ਇਨ ਵਨ ਸੁਪਰ ਸੀਡਰ ਹੈ ਇਹ। ਤੇ ਇਹ ਜਿਹੜਾ ਇਹਦਾ ਐਡਰੈਸ, ਆਪਾਂ ਤੁਹਾਨੂੰ ਇੱਕ ਵਾਰ ਐਡਰੈਸ ਦਿਖਾ ਦਿੰਦੇ ਹਾਂ, ਆਹ ਤੁਸੀਂ ਪੜ੍ਹ ਲਓ ਸਾਰਾ। ਇਹ ਪਟਿਆਲੇ ਜ਼ਿਲ੍ਹੇ ਦਾ ਪਿੰਡ ਹੈ ਕਲੀਫੇਵਾਲ, ਕਲੀਫੇਵਾਲ ਪਟਿਆਲਾ ਸਰਹੰਦ ਰੋਡ 'ਤੇ ਆ, ਅਤੇ ਨੀਅਰ ਪਾਵਰ ਗ੍ਰਿੱਡ ਡਿਸਟ੍ਰਿਕਟ ਪਟਿਆਲਾ, ਪਟਿਆਲੇ ਦੇ ਗ੍ਰਿੱਡ ਦੇ ਲਾਗ ਇਹਦਾ ਐਡਰੈਸ ਹੈ। ਅਤੇ ਮਤਲਬ ਕਿ ਆਪਣਾ ਲਿਫਟ 'ਤੇ ਚੱਕਿਆ ਵਾ, ਆਪਾਂ ਦੇਖ ਲਓ ਵੀ ਇੰਨੇ ਬੰਦਿਆਂ ਤੋਂ ਵੀ ਟਰੈਕਟਰ ਚੱਕ ਨਹੀਂ ਹੋ ਰਿਹਾ। ਨਹੀਂ ਇਹ ਤਾਂ ਚੱਕਦਾ, ਉਹ ਚੱਕਦਾ, ਉਹ ਜਿਮ ਵਾਲੇ ਨੇ ਚੱਕਿਆ, ਤੁਸੀਂ ਨਹੀਂ ਚੱਕਿਆ, ਇਹ ਜਿਮ ਵਾਲੇ ਦਾ ਫਰਕ ਹੈ। ਨਹੀਂ ਨਹੀਂ ਰਹਿਣ ਤੋਂ ਕੁਛ ਟੁੱਟ ਜੂਗਾ, ਦੇਖੋ ਉਹ ਚੀਜ਼ ਨਹੀਂ ਹੈਗਾ। ਬਸ ਇਹ ਮਤਲਬ ਕਿ ਆਪਾਂ ਇਹਨੂੰ ਨੋਰਮਲ ਦੇਖਿਆ ਜਾਵੇ ਬਹੁਤ ਸਹੀ ਹੈ, ਨਹੀਂ ਤੇ ਇਹ ਜਿਵੇਂ ਪਿਛਲੇ ਸਾਲ ਸਾਡੇ ਸੋਸਾਇਟੀ 'ਚ ਆਇਆ ਤਾਂ, ਸੋਸਾਇਟੀ 'ਚ ਸੁਪਰ ਸੀਡਰ ਆਇਆ ਤਾਂ, ਜਿਹੜੇ ਬੰਦੇ ਲੇਨ 'ਚ ਲੈ ਗਏ ਤੇ ਬਹੁਤ ਔਖਾ ਪਿੰਡ ਪਹੁੰਚੇ, ਕਿਉਂਕਿ ਮਾੜਾ ਜਿਹਾ ਟਰੈਕਟਰ ਭਜਾ ਲੈਂਦੇ ਤੇ ਮੂਹਰੇ 'ਤੇ ਖੜਾ ਹੋ ਜਾਂਦਾ ਤਾ। ਇਹ ਟਾਇਰਾਂ ਕਰਕੇ, ਬੰਪਰ ਕਰਕੇ ਬਹੁਤ ਫਰਕ ਹੈ ਇਸ ਚੀਜ਼ ਦਾ, ਵੀ ਆਪਣਾ ਟਰੈਕਟਰ ਖੜਾ ਨਹੀਂ ਹੋ ਰਿਹਾ। ਸਭ ਤੋਂ ਬੰਪਰ ਵੀ ਛੋਟਾ ਤਾ, ਬਾਕੀ ਜਿਸ ਦਿਨ ਇਹਨੂੰ ਆਪਾਂ ਚਲਾਵਾਂਗੇ ਬਜਾਈ ਕਰਾਂਗੇ ਉਸਦੀ ਵੀ ਆਪਾਂ ਇੱਕ ਵਧੀਆ ਸੈਪਰੇਟ ਜੀ ਵੀਡੀਓ ਬਣਾਵਾਂਗੇ। ਅਤੇ ਇਹ ਸੀਗਾ ਸਾਰਾ ਪ੍ਰੋਜੈਕਟ ਪੂਰਾ ਗਰਵਾਜ ਸੁਪਰ ਸੀਡਰ। ਅਤੇ ਤੁਸੀਂ ਆਪਾਂ ਐਡਰੈਸ ਵੀ ਦੇਖ ਲਿਆ ਇਹਦਾ, ਅਤੇ ਕੰਟੈਕਟ ਨੰਬਰ ਕਿਤੇ ਲਿਖਿਆ ਵਾ ਇਹਨਾਂ ਨੇ, ਆਪਣਾ ਕੰਟੈਕਟ ਨੰਬਰ ਕਿਤੇ ਲਿਖਿਆ ਵਾ ਨਹੀਂ ਹੈਗਾ, ਜੇ ਲਿਖਿਆ ਵਾ ਇੱਧਰ ਨਹੀਂ, ਮੇਲ ਆਈ ਡੀ ਤਾਂ ਚੱਲ ਨਹੀਂ, ਕੰਟੈਕਟ ਨੰਬਰ ਆ ਹੈਗਾ, ਕੰਟੈਕਟ ਨਹੀਂ, ਆ ਤਾਂ ਕੋਈ ਹੋ ਰਿਹਾ।
ਗਰਵਾਜ ਵਾਲਿਆਂ ਦਾ ਜਿਹੜਾ ਕਸਟਮਰ ਕੇਅਰ ਦਾ ਨੰਬਰ ਆ, ਤੁਸੀਂ ਜੇ ਕਿਸੇ ਨੂੰ ਕੋਈ ਵੀ ਫੋਨ ਕਰਕੇ ਕੋਈ ਇਨਕੁਆਇਰੀ ਲੈਣੀ ਹੈ ਉਹ ਤੁਸੀਂ ਆਹ ਦੇਖ ਸਕਦੇ 87250 50113 ਇਹ ਸਾਰਾ ਮਤਲਬ ਕਿ ਗੁਰਵਾਜ ਵਾਲਿਆਂ ਦਾ ਕੰਟੈਕਟ ਨੰਬਰ ਹੈ, ਕਸਟਮਰ ਕੇਅਰ ਦਾ ਟੋਲ ਫਰੀ ਨੰਬਰ ਹੈ। ਤੁਸੀਂ ਇਹ 'ਤੇ ਗੱਲਬਾਤ ਕਰਕੇ ਬੁਕਿੰਗ ਕਰਾਉਣੀ ਬੁਕਿੰਗ ਵੀ ਕਰਾ ਸਕਦੇ, ਹੋਰ ਕੋਈ ਵੀ ਜਾਣਕਾਰੀ ਲੈਣੀ ਹੈ ਕੋਈ ਟਰੈਕਟਰ ਦੇ ਹਿਸਾਬ ਨਾਲ ਇਹਦੀਆਂ, ਜਿਵੇਂ ਕਈ ਟਰੈਕਟਰਾਂ ਨੂੰ 16 ਦੇ ਟਾਇਰ ਆਉਂਦੇ ਆ, ਫਿਰ ਉਹ ਹਿਸਾਬ ਨਾਲ ਇਹਦਾ ਜਿਹੜਾ ਐਕਸਲ ਆ ਸਪੈਸ਼ਲ ਬਣਵਾਉਣਾ ਪੈਂਦਾ ਹੈ, ਟਾਇਰ ਬੜੇ ਹੋ ਜਾਂਦੇ ਆ, ਲਿੰਕਾਂ ਬੜੀਆਂ ਹੋਈ ਨਹੀਂ ਐਕਸਲ ਆਪਾਂ ਨੂੰ ਲਿਖਿਆ ਹੋਇਆ ਵੀ ਹੈ ਟਰੈਕਟਰਾਂ ਦੀ ਸਪੀਡ ਲਿਖੀ ਹੋਈ ਸੀਗੀ ਦੂਏ ਤੇ ਆਪਣੇ ਤੇ, ਹੈ ਨਾ, ਆਹ ਲਿਖਿਆ ਹੋਇਆ ਇਹਨਾਂ ਨੇ ਪੂਰਾ, ਜਿਵੇਂ ਹੁਣ ਆਪਣਾ 7 ਫੁੱਟ ਆਏ, ਆਹ ਸਾਰਾ ਕੁਛ ਲਿਖਿਆ ਹੋਇਆ ਇਹਨਾਂ ਨੇ ਉਰੇ, ਫਰਟੀਲਾਈਜ਼ਰ 5000 ਕੇਜੀ ਪਰ ਏਕੜ, ਪਰ ਏਕੜ ਦਾ 7 ਫੁੱਟ ਨੂੰ 5 ਕਿਲੋ ਬੀਜ ਚਾਹੀਦਾ, ਬਸ ਬਹੁਤ ਘੱਟ ਬੀਜ ਪੈਂਦਾ ਫਿਰ ਇਹਦੇ ਨਾਲ ਤਾਂ। ਤੇ 1/2 ਮੈਂ ਇਹਦੇ ਬਾਰੇ ਯਾਰ ਸਮਝ ਨਹੀਂ ਆਇਆ, ਕੰਪਨੀ ਵਾਲ ਨੂੰ ਪਤਾ ਕਰਨਾ ਪੈਣਾ ਵੀ ਕਿਹੜੇ ਹਿਸਾਬ ਨਾਲ ਲਿਖਿਆ ਵਾ, ਐਂ ਤਾਂ ਲਿਖਿਆ ਵਾ 1 ਹੈਕਟੇਅਰ = 4.75 ਵਿਘਾ। ਅੱਛਾ ਇਹਨਾਂ ਨੇ 5 ਵਿਘੇ ਦਾ 1 ਏਕੜ ਨਹੀਂ ਕਰਿਆ ਵਾ, ਇਹਨਾਂ ਨੇ 4.5 ਵਿਘੇ ਦਾ 1 ਏਕੜ ਕਰਿਆ ਵਾ, ਉਹ ਹਿਸਾਬ ਨਾਲ ਤਾਂ ਕਰਕੇ ਉਹਦੇ 2 ਜਗ੍ਹਾ ਦੇ ਵਿੱਚ ਲਿਖਿਆ ਵਾ ਏ। ਅਤੇ ਹੁਣ ਇਹ ਸੁਪਰ ਸੀਡਰ ਸਾਰਾ ਨੀਚੇ ਛੱਡਦਾ, ਅਤੇ ਇਹ ਸੀਗਾ ਆਪਣਾ ਸੁਪਰ ਸੀਡਰ ਗਰਵਾਜ, ਗਰਵਾਜ ਵਾਲਿਆਂ ਦਾ ਸੁਪਰ ਸੀਡਰ। ਬਾਕੀ ਜਿਸ ਦਿਨ ਆਪਾਂ ਇਹਨੂੰ ਚਲਾਵਾਂਗੇ ਉਸ ਦਿਨ ਵੀ ਆਪਾਂ ਵੀਡੀਓ ਬਣਾਵਾਂਗੇ, ਉਹ ਤਾਂ ਆਉਣ ਦੀ ਪਾਰਟੀ ਸੀ, ਹੁਣ ਆਈ ਦੀ ਪਾਰਟੀ ਹੋਣੀ ਆ, ਉਹ ਤਾਂ ਫਿਰ ਤੀ ਪਾਰਟੀ ਚਲੇ ਗਈ ਜਿੱਦਣ ਬਾਹਣ ਦਾ, ਉਹ ਪਾਰਟੀਆਂ ਤਾਂ ਗੱਲਾਂ ਵੱਖਰੀਆਂ ਨੇ, ਉਹ ਤਾਂ ਚੱਲ ਆਪਣੀਆਂ ਨੇ, ਉਹ ਤਾਂ ਫੇਰ ਕਰਾਂਗੇ। ਅਤੇ ਇਹ ਸੀਗਾ ਸੁਪਰ ਸੀਡਰ, ਅਤੇ ਅਸੀਂ ਸੋਚਿਆ ਚਲੋ ਵੀਡੀਓ ਬਣਾ ਕੇ ਸਾਰਿਆਂ ਨੂੰ ਜਾਣਕਾਰੀ ਦਈਏ ਸੁਪਰ ਸੀਡਰ ਬਾਰੇ। ਅਤੇ ਇਹ ਸੀਗੀ ਅੱਜ ਦੀ ਵੀਡੀਓ ਜਿਹੜੀ ਸੁਪਰ ਸੀਡਰ ਬਾਰੇ, ਅਤੇ ਇਹ ਸੀਗੇ ਸਾਡੇ ਟੀਮ ਦੇ ਮੈਂਬਰ, ਇੱਕ ਸਾਡੇ ਟੀਮ ਦੇ ਵਿੱਚ ਨਵਾਂ ਮੈਂਬਰ ਬਣਿਆ, ਘੱਟ ਨਿਕਲਦਾ ਥੋੜ੍ਹਾ, ਬਿਜ਼ੀ ਆ ਜਾਣੀ ਕਿ ਇਹ ਛੋਟੀ ਉਮਰ ਦੇ ਵਿੱਚ ਵੱਡੀਆਂ ਜ਼ਿੰਮੇਵਾਰੀਆਂ ਪੈ ਗਈਆਂ ਇਹਨੂੰ, ਉਹਦੇ ਕਰਕੇ ਥੋੜ੍ਹਾ ਬਿਜ਼ੀ ਹੈ। ਅਤੇ ਬਾਕੀ ਆਪਾਂ ਮਿਲਦੇ ਹਾਂ ਤੁਹਾਨੂੰ ਬਹੁਤ ਜਲਦੀ ਅਗਲੀ ਵੀਡੀਓ ਦੇ ਵਿੱਚ, ਲੈ ਕੇ ਆਵਾਂਗੇ ਕੋਈ ਨਵੀਂ ਚੀਜ਼ ਨਵੀਂ ਜਗ੍ਹਾ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ, ਜੇ ਕੋਈ ਵੀ ਸੁਪਰ ਸੀਡਰ ਦੇ ਬਾਰੇ ਤੁਹਾਨੂੰ ਕੋਈ ਕੁਐਸਚਨ ਹੈ ਤਾਂ ਤੁਸੀਂ ਕਮੈਂਟ ਕਰ ਦਿਓ, ਆਪਾਂ ਤੁਹਾਨੂੰ ਜ਼ਰੂਰ ਜਵਾਬ ਦੇਵਾਂਗੇ, ਪਤਾ ਕਰਕੇ ਦੱਸਾਂਗੇ ਜੇ ਸਾਨੂੰ ਨਹੀਂ ਪਤਾ ਹੋਇਆ। ਅਤੇ ਧੰਨਵਾਦ ਜੀ, ਮਿਲਦੇ ਹਾਂ ਆਪਾਂ ਤੁਹਾਨੂੰ ਹੁਣ ਬਹੁਤ ਜਲਦੀ ਅਗਲੀ ਵੀਡੀਓ ਦੇ ਵਿੱਚ।